ਨਰੇਗਾ ਵਰਕਰ ਫਰੰਟ ਪੰਜਾਬ ਇੰਡੀਆ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ। ਨਰੇਗਾ ਵਰਕਰ ਫਰੰਟ ਅਤੇ ਕਿਸਾਨ ਮਜ਼ਦੂਰ ਦਲਿਤ ਫਰੰਟ ਵੱਲੋਂ ਸਾਂਝੇ ਤੌਰ 'ਤੇ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ, ਜਿਸ ਦੀ ਅਗਵਾਈ ਲਖਵੀਰ ਸਿੰਘ ਬੋਬੀ ਪ੍ਰੈਸ ਸਕੱਤਰ ਪੰਜਾਬ ਨੇ ਕੀਤੀ। ਇਸ ਧਰਨੇ ਵਿੱਚ ਵੱਖ ਵੱਖ ਬੁਲਾਰਿਆਂ ਰੇਸ਼ਮ ਸਿੰਘ ਕਾਹਲੋਂ, ਗੁਰਮੁਖ ਸਿੰਘ ਭਾਲਮਾਜਰਾ, ਅਜੈਬ ਸਿੰਘ ਬਲੌਂਗੀ, ਸ਼ਮਸ਼ੇਰ ਸਿੰਘ ਸ਼ੌਂਕੀ ਆਦਿ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਕੀਤੇ ਵਾਅਦਿਆਂ 'ਤੇ ਬਿਲਕੁਲ ਗੌਰ ਨਹੀਂ ਕੀਤੀ। ਇਸ ਮੌਕੇ ਲਖਵੀਰ ਸਿੰਘ ਬੋਬੀ ਪ੍ਰੈਸ ਸਕੱਤਰ ਨਰੇਗਾ ਵਰਕਰ ਫਰੰਟ ਪੰਜਾਬ ਨੇ ਸਰਕਾਰ ਦੇ ਵਰਦਿਆਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਦੇ ਨਾਲ ਕੋਵਿਡ-19 ਅਤੇ ਲੋਕਡਾਊਨ ਨੇ ਸਾਡੇ ਲੱਕ ਤੋੜ ਕੇ ਰੱਖ ਦਿੱਤੇ ਹਨ। ਜੇ ਹੁਣ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਨੂੰ ਮਜਬੂਰੀ ਵੱਲ ਸਖ਼ਤ ਐਕਸ਼ਨ ਲੈਣਾ ਪਏਗਾ, ਜਿਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਭਾਰੀ ਗਿਣਤੀ ਵਿੱਚ 71 ਵਰਕਰਾਂ ਨੇ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ। ਆਓ ਦਿਖਾਉਂਦੇ ਹਾਂ ਇਸ ਧਰਨੇ ਦੇ ਕੁਛ ਅੰਸ਼। ਨਰੇਗਾ ਵਰਕਰ ਫਰੰਟ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਨਰੇਗਾ ਵਰਕਰ ਫਰੰਟ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਨਰੇਗਾ ਵਰਕਰ ਫਰੰਟ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮਜ਼ਦੂਰ ਕਿਸਾਨ ਦਲਿਤ ਫਰੰਟ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮਜ਼ਦੂਰ ਕਿਸਾਨ ਦਲਿਤ ਫਰੰਟ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਾਡੀਆਂ ਮੰਗਾਂ ਪੂਰੀਆਂ ਕਰਾਓ, ਪੂਰੀਆਂ ਕਰਾਓ, ਪੂਰੀਆਂ ਕਰਾਓ। ਮੇਰਾ ਨਾਮ ਅਜੈਬ ਸਿੰਘ ਬਠੋਈ, ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ। ਅੱਜ ਜੋ ਅਸੀਂ ਫਤਿਹਗੜ੍ਹ ਸਾਹਿਬ ਵਿਖੇ ਇਹ ਪ੍ਰੋਟੈਸਟ ਧਰਨਾ ਰੱਖਿਆ, ਜੋ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ 2017 'ਚ ਸਾਡੇ ਗਰੀਬ ਮਜ਼ਦੂਰ ਦਿਹਾੜੀਦਾਰ ਨਰੇਗਾ ਵਰਕਰਾਂ ਨਾਲ ਪ੍ਰੋਮਿਸ ਕੀਤਾ ਸੀ, ਪੰਜਾਬ ਸਰਕਾਰ ਉਸ ਤੋਂ ਮੁੱਕਰੀ ਹੈ, ਹਰ ਫਰੰਟ 'ਤੇ ਫੇਲ ਹੋਈ ਹੈ। ਅਸੀਂ ਦੱਸਣ ਲੱਗੇ ਹਾਂ, ਹਰ ਜ਼ਿਲ੍ਹੇ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪ੍ਰੋਟੈਸਟ ਕੀਤੇ ਨੇ। ਅੱਜ ਅਸੀਂ ਫਤਿਹਗੜ੍ਹ ਹਾਂ ਕਿ ਜੋ ਤੂੰ ਸਾਡੇ ਨਾਲ ਚੋਣਾਂ 'ਚ ਵਾਅਦੇ ਕੀਤੇ ਸੀ ਉਹ ਪੂਰੇ ਕਰੋ, ਲੇਕਿਨ ਉਹਨਾਂ ਨੇ ਕੀਤੇ ਨਹੀਂ। ਪਰ ਹੁਣ 2022 ਦੇ ਵਿੱਚ ਇਹ ਸਰਕਾਰ ਬਣਾਉਣ ਵਾਲਾ ਮਜ਼ਦੂਰ ਇਹਨਾਂ ਨੂੰ ਦੱਸੂਗਾ ਵੀ ਕਿ ਸਰਕਾਰ ਕਿਵੇਂ ਬਣਦੀ ਹੈ। ਜੇ ਅਸੀਂ ਤੁਹਾਡੀਆਂ ਸਰਕਾਰਾਂ ਬਣਾ ਸਕਦੇ ਹਾਂ ਤਾਂ ਅਸੀਂ ਸਰਕਾਰ ਗੇਰਨ ਦੀ ਸ਼ਮਤਾ ਵੀ ਰੱਖਦੇ ਹਾਂ। ਸਰ, ਮੈਂ ਲਖਵੀਰ ਸਿੰਘ, ਨਰੇਗਾ ਵਰਕਰ ਫਰੰਟ ਪੰਜਾਬ, ਪ੍ਰੈਸ ਸਕੱਤਰ ਹੈ ਲਖਵੀਰ ਸਿੰਘ ਬੋਬੀ। ਮੇਰੀ ਜ਼ਿੰਮੇਵਾਰੀ ਲੱਗੀ ਹੈ ਫਤਿਹਗੜ੍ਹ ਸਾਹਿਬ ਨੂੰ ਨਰੇਗਾ ਵਰਕਰਾਂ ਨੂੰ ਮਤਲਬ ਜਾਗਰੂਕ ਕਰਨ ਦੀ, ਅਤੇ ਇਹ ਸਾਡਾ ਨਰੇਗਾ ਵਰਕਰ ਦਾ ਜ਼ਿਲ੍ਹਾ ਵਾਈਜ਼ 5ਵਾਂ ਧਰਨਾ, ਜਿਹਦੇ ਵਿੱਚ ਅਸੀਂ 2 ਧਰਨੇ ਪਹਿਲਾਂ ਮੋਤੀ ਮਹਿਲ ਦੇ ਲਾ ਚੁੱਕੇ ਹਾਂ, 3ਜਾ ਧਰਨਾ ਅਸੀਂ ਕੈਪਟਨ ਸਾਹਿਬ ਦਾ ਮੋਹਾਲੀ ਦੇ ਵਿੱਚ ਲਾਇਆ ਸੀਗਾ, 4ਥਾ ਧਰਨਾ ਸਾਡਾ ਰੋਪੜ ਦੇ ਵਿੱਚ ਸੀਗਾ, 5ਵਾਂ ਸਾਡਾ ਫਤਿਹਗੜ੍ਹ 'ਚ ਹੈ, ਅਤੇ ਇਸ ਤੋਂ ਬਾਅਦ ਸਾਡਾ ਅਗਲਾ ਧਰਨਾ ਸਮਾਣਾ ਦੇ ਵਿੱਚ ਹੈ, ਉਸ ਤੋਂ ਬਾਅਦ ਸਮਾਣੇ 'ਚ ਸਤਰਾਣੇ 'ਚ ਲੱਗਣਾ। ਇਸ ਤਰ੍ਹਾਂ ਸਾਡੇ ਲਗਾਤਾਰ ਧਰਨੇ ਰੂਟੀਨ 'ਚ ਜਾ ਰਹੀ ਹੈ ਨਰੇਗਾ ਵਰਕਰ ਦੀਆਂ ਹੱਕੀ ਮੰਗਾਂ ਦੇ ਸੰਬੰਧ ਵਿੱਚ, ਜਿਨ੍ਹਾਂ ਨੂੰ ਇਹਨਾਂ ਨੂੰ ਪੂਰਾ ਪ੍ਰੋਪਰ ਕੰਮ ਨਹੀਂ ਮਿਲਦਾ, ਦਿਹਾੜੀ ਔਰ ਪੂਰੇ ਟਾਈਮ 'ਤੇ ਪੈਸੇ ਨਹੀਂ ਮਿਲਦੇ, ਇਹਨਾਂ ਦੀ ਹੱਕਾਂ ਮੰਗਾਂ ਦੇ ਸੰਬੰਧ ਵਿੱਚ ਅਸੀਂ ਲਗਾਤਾਰ ਧਰਨੇ ਜਾਰੀ ਰੱਖਾਂਗੇ। ਜੋ ਕੈਪਟਨ ਸਰਕਾਰ ਨੇ ਚੋਣਾਂ ਦੇ ਦੌਰਾਨ ਵਾਅਦੇ ਕੀਤੇ ਸੀ 5-5 ਮਰਲੇ ਦੇ ਪਲਾਟ, ਉਹ ਨਹੀਂ ਪੂਰੇ ਹੋਏ। ਹੁਣ ਸਾਡੇ ਵਿੱਚੋਂ ਆਪਣਾ ਹੀ ਸਾਡਾ ਮੁੱਖ ਮੰਤਰੀ ਜਿਹੜਾ ਲਾਇਆ ਉਹ ਵੀ ਇੱਕ ਐਲਾਨ ਹੀ ਕਰ ਰਿਹਾ, ਪੂਰੇ ਨਹੀਂ ਕਰ ਰਿਹਾ। ਅਸੀਂ ਚਾਹੁੰਦੇ ਹਾਂ ਕਿ ਜੋ ਵਾਅਦੇ ਕੀਤੇ ਉਹ ਛੇਤੀ ਤੋਂ ਛੇਤੀ ਜਲਦੀ ਜਲਦੀ ਪੂਰੇ ਕਰ। ਵਾਅਦੇ ਕੀ ਸੀਗੇ ਜੀ? ਵਾਅਦੇ ਕੀਤੇ ਸੀਗੇ ਜੀ ਵੀ ਘਰ ਘਰ ਅਸੀਂ ਨੌਕਰੀ ਦੇਵਾਂਗੇ, ਕਿਸੇ ਨੂੰ ਫਾਰਮ ਭਰਾਏ ਗਏ, ਕਿਸੇ ਬੱਚੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ, ਅਗਰ ਨੌਕਰੀ ਨਹੀਂ ਮਿਲੀ ਤਾਂ ਬੇਰੁਜ਼ਗਾਰੀ ਭੱਤਾ ਦੇਵਾਂਗੇ, ਉਹ ਨਹੀਂ ਮਿਲਿਆ ਹੈਗਾ ਅੱਜ ਤੱਕ ਜੀ। ਚੋਣਾਂ ਦੌਰਾਨ ਨਸ਼ਿਆਂ ਦਾ ਖਾਤਮੇ ਦੀ ਗੱਲ ਕੀਤੀ ਦੀ, ਵਾਅਦਾ ਕੀਤਾ ਤਾਂ ਉਹਨਾਂ ਨੇ, ਉਹ ਨਹੀਂ ਹੋਇਆ ਹੈਗਾ ਜੀ। ਗੁਰੂ ਗ੍ਰੰਥ ਸਾਹਿਬ ਦੇ ਬੇਦੋਸ਼ੀਆਂ ਦੀ ਸਜ਼ਾ ਦੀ ਗੱਲ ਕੀਤੀ ਦੀ, ਉਹ ਨਹੀਂ ਹਜੇ ਤੱਕ ਹੋਏ ਹੈਗੇ। ਪੂਰਾ ਮਤਲਬ ਸਮਾਂ ਇਹਨਾਂ ਨੇ ਇੱਦਾਂ ਹੀ ਕੱਢਤਾ ਆਪਣੀ ਐਸ਼ ਪ੍ਰਸਤੀ ਦੇ ਵਿੱਚ, ਅਤੇ ਹੁਣ ਸਾਨੂੰ ਬੇਨਤੀ ਹੈ ਕਿ ਜਿਹੜੇ ਰਹਿੰਦੇ ਸਮੇਂ ਤੱਕ ਇਹ ਵਾਅਦੇ ਸਾਡੇ ਗਰੀਬਾਂ ਦਾ ਕਹਿਲਾਉਣੇ ਵਾਲਾ ਮੰਤਰੀ ਇਹ ਗਰੀਬਾਂ ਦੇ ਵਾਅਦੇ ਪੂਰੇ ਕਰੇ। ਧੰਨਵਾਦ ਜੀ। ਆਕਾਸ਼ਦੀਪ ਦੇ ਨਾਲ ਚੰਦਨ ਅਕਬਾਲੀ।